ਗੈਰੀ ਸੰਧੂ ਜੀ ਦੀ ਜਾਨ ਹੈ ਉਹ ਬੰਦਾ ਜੀ ਖਾਨ ਹੈ ਵੀਰੇ ਵੈਲਕਮ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਡੇਲੀ ਪੋਸਟ ਠੀਕ ਠਾਕ ਕੈਂਟ ਲੱਗ ਰਹੇ ਹੋ ਜੱਚ ਰਹੇ ਪੂਰੇ ਹੈ ਅੱਜ ਯੈਲੋ ਯੈਲੋ ਹੋਏ ਪਏ ਕੰਮ ਕਿੱਦਾਂ ਲਾਈਫ ਚੱਲ ਰਹੀ ਲਾਈਫ ਬਿਜ਼ੀ ਹੋ ਗਈ ਆ ਮਜ਼ਾ ਆ ਰਿਹਾ ਹੁਣ ਬਿਜ਼ੀ ਲਾਈਫ ਦਾ ਬੈਕ ਟੂ ਬੈਕ ਸ਼ੋਜ਼ ਨੇ ਕਿੱਦਾਂ ਦਾ ਲੱਗ ਰਿਹਾ ਸਾਨੂੰ ਪਤਾ ਵਧੀਆ ਲੱਗ ਰਿਹਾ ਕਿੰਨਾ ਫਰਕ ਆ ਗਿਆ ਪਹਿਲੇ ਵਾਲੇ ਟਾਈਮ ਤੋਂ ਲੈ ਕੇ ਹੁਣ ਵਾਲੇ ਟਾਈਮ ਤੱਕ ਸਟੈਬਲਿਸ਼ ਹੋ ਗਿਆ ਜੀ ਖਾਨ ਗੁਲਸ਼ਨ ਖਾਨ ਤੋਂ ਜੀ ਖਾਨ ਹੋ ਗਿਆ ਪਹਿਲਾਂ ਬਸ ਜਿੱਦਾਂ ਆਇਆ ਸੀ ਕਿ ਦੋ ਦੋ ਮਹੀਨੇ ਵਿਹਲੇ ਰਹਿ ਹੁਣ ਇੱਕ ਦਿਨ ਮਹੀਨੇ ਵਿਹਲਾ ਅੱਛਾ ਬਹੁਤ ਫਰਕ ਹੈ ਲਾਈਫ ਦੇ ਵਿੱਚ ਟਾਈਮ ਬਿਲਕੁਲ ਨਹੀਂ ਰਿਹਾ ਫਰੀ ਸੌਣ ਦਾ ਟਾਈਮ ਨਹੀਂ ਸੌਣ ਦਾ ਟਾਈਮ ਨਹੀਂ ਪਰ ਖੁਸ਼ੀ ਹੁੰਦੀ ਆ ਜਿਹੜੀ ਜੇਬਾਂ ਖਾਲੀ ਹੁੰਦੀਆਂ ਸੀ ਉਹ ਜੇਬਾਂ ਭਰ ਗਈਆਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ ਜਦੋਂ ਪੁਰਾਣਾ ਟਾਈਮ ਉਹ ਯਾਦ ਆਉਂਦਾ ਹੈ ਨਾ ਖਾਲੀ ਜੇਬ ਵਾਲਾ ਅਤੇ ਜਦੋਂ ਹੁਣ ਭਰੀ ਜੇਬ ਵਾਲਾ ਕੰਮ ਵੀ ਰੋਜ਼ ਡੇਲੀ ਕਰਦੇ ਹੈ ਨਾ ਆਪਣੇ ਲਈ ਵੀ ਟਾਈਮ ਘੱਟ ਮਿਲਦਾ ਹੋਊਗਾ ਕਿੱਦਾਂ ਦੀ ਖੁਸ਼ੀ ਉਹ ਘਰਦਿਆਂ ਲਈ ਵੀ ਹੁੰਦੀ ਹੈ ਨਾ ਆਪਣੇ ਲਈ ਵੀ ਹੁੰਦੀ ਆ ਹਰ ਤੱਕ ਤੁਸੀਂ ਚੀਜ਼ ਪਾ ਸਕਦੇ ਹੋ ਇੰਨੀ ਆਡੀਅੰਸ ਦਾ ਤੁਹਾਨੂੰ ਪਿਆਰ ਮਿਲ ਰਿਹਾ ਬੜੇ ਖੁਸ਼ਕਿਸਮਤ ਹੋ ਬਹੁਤ ਜ਼ਿਆਦਾ ਮੈਂ ਇੱਕ ਦਿਨ ਚੱਲ ਗਿਆ ਸ਼ੋਪਿੰਗ ਕਰਨ ਅੱਛਾ ਮੈਂ ਬਹੁਤ ਘੱਟ ਸ਼ੋਪਿੰਗ ਕਰਦਾ ਮੈਂ ਕੱਪੜੇ ਕੁਪੜੇ ਦਾ ਘੱਟ ਸੀਗੀ ਅਤੇ ਇਸ ਵਾਰੀ ਮੈਂ ਗਿਆ ਸ਼ੋਪਿੰਗ ਕਰਨ ਅਤੇ ਮੈਂ ਯਕੀਨ ਮੰਨਿਓ ਕਦੀ ਇਹ ਹੁੰਦਾ ਸੀਗਾ ਕਿ ਯਾਰ ਆਹ ਲੈ ਲਓ ਇੰਨੇ ਕੁ ਬਸ ਇੰਨੇ ਕੁ ਪੈਸੇ 'ਚ ਲੈ ਲਓ ਕੱਪੜੇ ਅਤੇ ਅੱਜ ਦੇ ਟਾਈਮ 'ਚ 50,000 ਦੀ ਕੀਤੀ ਮੈਂ ਸ਼ੋਪਿੰਗ ਵਾਹ ਸੋਚਾਂ ਮੈਂ ਬਦਲੇ ਮਾਲਕਾ ਅੱਛੇ ਨਿਮ ਲਿਆਉਂਦੇ ਮੈਂ ਥੈਂਕ ਯੂ ਗੋਡ ਐਂਡ ਮੇਰਾ ਗੋਡ ਕੈਰੀ ਸੰਧੂ ਵਾਲਾ ਕਿਆ ਬਾਤ ਵੀਰੇ ਗੈਰੀ ਸੰਧੂ ਦੀ ਗੱਲ ਹੋਈ ਹੈ ਨਾ ਪਰ ਗੈਰੀ ਸੰਧੂ ਤੋਂ ਪਹਿਲਾਂ ਤੁਸੀਂ ਸਾਰੇ ਬਹੁਤ ਲੋਕਾਂ ਨੂੰ ਪਤਾ ਵੀ ਹੈ ਤਾਂ ਬਹੁਤ ਲੋਕਾਂ ਨੂੰ ਨਹੀਂ ਪਤਾ ਤੁਸੀਂ 3 ਤੋਂ 4 ਸਾਲ ਕੁਲਵਿੰਦਰ ਬਿੱਲੇ ਨਾਲ ਵੀ ਲਾਏ ਆ ਹੈ ਨਾ ਅਤੇ ਵੀਰੇ ਉਹ ਕੀ ਗੱਲਾਂ ਸੀ ਕਿ ਉਹਨਾਂ ਨੇ ਜੀ ਖਾਨ ਦੀ ਪ੍ਰੋਪਰ ਬਾਂਹ ਫੜੀ ਕਿ ਨਹੀਂ ਫੜੀ ਗੈਰੀ ਸੰਧੂ ਨੇ ਕਿੰਨੀ ਫੜੀ ਨਹੀਂ ਚਲੋ ਉਹ ਵੀ ਆਪਣੀ ਜਗ੍ਹਾ ਠੀਕ ਨੇ ਸਾਰੇ ਸਹੀ ਆਪਣੀ ਜਗ੍ਹਾ ਪਰ ਜੋ ਗੈਰੀ ਸੰਧੂ ਫਿਰ ਉਧਰੋਂ ਇਧਰ ਆਉਣ ਦਾ ਵਾਕਿਆ ਕਿਵੇਂ ਹੋਇਆ ਅੰਜਲ ਮੁੱਕ ਗਿਆ ਮੇਰਾ ਉਧਰੋਂ ਅੱਛਾ ਅੰਜਲ ਮੀਨਸ ਮੇਰਾ ਦਾਣਾ ਪਾਣੀ ਮੁੱਕ ਗਿਆ ਦਾਣਾ ਪਾਣੀ ਉਧਰੋਂ ਮੁੱਕ ਗਿਆ ਸੀ ਤੇ ਇਧਰ ਲੈ ਕੇ ਇਧਰ ਆ ਕੇ ਕਬੂਤਰ ਸੀ ਮਨ ਚ ਵਿੱਚ ਚੁੱਕ ਗਿਆ ਦਾਣਾ ਪਾਣੀ ਬਸ ਉਹ ਕਹਿ ਅੰਤਰਾ ਕਰਨ ਦੇ ਬਿੱਲਾਂ ਵੀ ਆ ਕੇ ਕਿੱਥੇ ਗਿਆ ਖੁਸ਼ ਕੀ ਬਾਤ ਹੈ ਹੁਣ ਜੀ ਖਾਨ ਉਹ ਸਟੇਜ 'ਤੇ ਆ ਗਿਆ ਬੈਕ ਟੂ ਬੈਕ ਸਾਰੇ ਗਾਣੇ ਜਿਹੜੇ ਆ ਰਹੇ ਨੇ ਸਾਰੇ ਹਿੱਟ ਹੋ ਰਹੇ ਨੇ ਰੀਸੈਂਟ ਗਾਣਾ ਆਇਆ ਵੀਰੇ ਫਾਸਲੇ ਪਹਿਲਾਂ ਉਹਦੇ ਲਈ ਬਹੁਤ ਮੁਬਾਰਕਾਂ ਤੁਹਾਨੂੰ ਗਾਣਾ ਬਹੁਤ ਸੋਹਣਾ ਗਾਣੇ ਦੀ ਵੀਡੀਓ ਬੜੀ ਸੋਹਣੀ ਹੈ ਐਂਡ ਗੈਰੀ ਬਾਈ ਦੀ ਫੀਚਰਿੰਗ ਜਿਹੜੀ ਉਹ ਹਮੇਸ਼ਾ ਘੈਂਟ ਹੁੰਦੀ ਹੈ ਹੈ ਨਾ ਹਾਂ ਇਹ ਕੌਣ ਡਿਸਾਈਡ ਕਰਦਾ ਕਿ ਹਰ ਵਾਰੀ ਗੈਰੀ ਬਾਈ ਨੂੰ ਫੀਚਰ ਕਰਨਾ ਤੁਸੀਂ ਕਰਦੇ ਗੈਰੀ ਬਾਈ ਆਪ ਕਰਦਾ ਅੱਛਾ ਪਹਿਲਾਂ ਗਾਣਾ ਸੁਣ ਲਿਆ ਕਰੀ ਫਾਸਲੇ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਵਕਤ ਤੇਰੇ ਤੋਂ ਜ਼ਾਲਮਾ ਮੈਂ ਹੋਣਾ ਨਹੀਂ ਸੀ ਮੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਹਣਾ ਨਹੀਂ ਸੀ ਹੋ ਭੇਦ ਖੁੱਲਣਗੇ ਗੱਲਾਂ ਸਾਹਮਣੇ ਹੋਣਗੀਆਂ ਖੜਕੇ ਫੈਸਲਾ ਤੇਰਾ ਸੀ ਸਜਣਾ ਫਾਸਲੇ ਵੱਧ ਗਏ ਤਾਂ ਕਰਕੇ ਮੇਰਾ ਗਾਣਾ ਮੇਰੀ ਲਾਸਟ ਸਟੋਰੀ ਤੇ ਸੀ ਸਭ ਨੂੰ ਪਤਾ ਵੈਸੇ ਮੈਨੂੰ ਜਿਵੇਂ ਗਾਣੇ ਦਾ ਫੀਲ ਹੈ ਮੈਨੂੰ ਲੱਗਦਾ 4-5 ਸਾਲ ਤਾਂ ਹੋਣੇ ਘੱਟੋ ਘੱਟ ਅੱਛਾ ਤੇ ਕਾਰਨ ਵੀਰੇ ਹੁਣ ਪਛਤਾਉਂਦੀ ਤਾਂ ਹੋਊਗੀ ਉਹ ਰੋਂਦੀ ਤਾਂ ਹੋਣੀ ਕਰਲਾਉਂਦੀ ਤਾਂ ਹੋਣੀ
ਜੀ ਖਾਨ ਨੂੰ ਛੱਡ ਕੇ ਪਛਤਾਉਂਦੀ ਤਾਂ ਹੋਣੀ, ਜਿੱਥੇ ਵੀ ਖੁਸ਼ ਰਹਿਣਾ ਪਤਾ ਕਿ ਨਾ ਨਜ਼ਾਰੇ ਲੋ ਲਾਈਫ ਦੇ। ਹਾਂ ਕਿਆ ਬਾਤ ਹੈ ਵੀਰੇ, ਸਭ ਤੋਂ ਪਹਿਲਾਂ ਜਦੋਂ ਇੱਕ ਬੰਦਾ ਆਰਟਿਸਟ ਸਕਸੈਸ ਹੁੰਦਾ ਨਾ, ਜਿਹੜੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਘਰਦਿਆਂ ਨੂੰ ਹੁੰਦੀ, ਪਰਿਵਾਰ ਨੂੰ ਹੁੰਦੀ। ਇੱਕ ਉਹ ਟਾਈਮ ਸੀ ਜਦੋਂ ਜੀ ਖਾਨ 7ਵੀਂ ਫੇਲ ਸੀਗਾ, ਹੈ ਨਾ, ਪੜ੍ਹਾਈ ਵਾਲੇ ਇੰਨਾ ਜ਼ਿਆਦਾ ਪੂਰੀ ਪੂਰੀ ਵੀਰੇ, ਅਤੇ ਉਦੋਂ ਘਰਦਿਆਂ ਨੂੰ ਚੰਗਾ ਨਹੀਂ ਲੱਗਦਾ ਹੋਊਗਾ ਨਾ, ਤੁਹਾਨੂੰ ਤੰਗ ਕਰਦੇ ਹੋਣਗੇ, ਤੂੰ ਕਿਹੜੀ ਕੰਮੇ ਪਿਆ, ਪੜ੍ਹ ਲੈ ਲਿਖ ਲੈ, ਹੈ ਨਾ, ਕੁਛ ਬਣ ਜਾਊਗਾ। ਉਹ ਮੂਮੈਂਟ ਅਤੇ ਹੁਣ ਅੱਜ ਦਾ ਮੂਮੈਂਟ ਘਰਦਿਆਂ 'ਚ ਕਿੰਨਾ ਚੇਂਜ ਆਇਆ? ਉਹਨਾਂ ਨਾ ਕਾਲ ਹੁੰਦੀ ਸੀ 10 ਪੈਸੇ, ਹਾਂ, ਆਈਡੀਆ ਟੂ ਆਈਡੀਆ। ਅੱਛਾ, 10 ਪੈਸੇ ਕਰਾ ਕੇ ਕਾਲ 'ਤੇ ਮੈਂ 50 ਰੁਪਏ 150 ਮੰਨ ਕੇ ਫੋਨ ਦੇ ਵਿੱਚ ਪਾਉਣੇ, ਅਤੇ ਰਾਤ ਤੋਂ ਲੈ ਕੇ ਸੁਬਾਹ ਤੱਕ ਉਡਾ ਦੇਣੀ। ਆਸ ਕੀ ਕਰਨੀ ਮਤਲਬ ਸਾਫ ਸ਼ਬਦਾਂ ਦੇ ਵਿੱਚ? ਅਤੇ ਫਿਰ ਸੁਣ ਚਾਹੀਦੇ ਹੁੰਦੇ 50 ਰੁਪਏ 50 ਰੁਪਏ ਲੈਣ ਵਾਸਤੇ ਗਾਣਾ ਬਣੀ ਜਾਂਦਾ, ਹਾਂ, ਬਹੁਤ ਗਾਣਾ ਕਮਾਉਂਦਾ ਨਹੀਂ, ਇਹ ਨਹੀਂ ਕਰਦਾ, ਜੋ ਨਹੀਂ ਕਰਦਾ, ਵਿਹਲਾ ਤੂੰ ਪਰ ਸੋਚਿਆ ਸੀ ਕਿ ਜਦੋਂ ਫਾਦਰ ਸਾਹਿਬ ਦੇ ਨਾਲ ਲਲਾਰੀ ਦੁਕਾਨ ਤੇ ਕੰਮ ਕਰਨਾ, ਹੈ ਨਾ, ਉੱਥੋਂ ਸਟੈਬਲਿਸ਼ ਹੋ ਕੇ ਇੰਨੇ ਸਾਰੇ ਲੋਕਾਂ ਦੇ ਮੂਹਰੇ ਆਉਣਾ, ਆਪਣੇ ਆਪ ਨੂੰ ਸਟੈਬਲਿਸ਼ ਕਰਨਾ, ਜਦਕਿ ਹੁਣ ਆਉਣਾ ਬੜਾ ਔਖਾ ਹੈ ਸਟੈਬਲਿਸ਼ ਹੋਣਾ ਆਪਣੇ ਆਪ ਦੇ ਵਿੱਚ, ਅਤੇ ਉਹ ਸਟੈਬਲਿਸ਼ ਨੂੰ ਮੇਨਟੇਨ ਕਰਕੇ ਰੱਖਣਾ ਬੜਾ ਔਖਾ ਹੈ, ਅਤੇ ਲੋਕਾਂ ਦਾ ਪਿਆਰ ਪਾਉਣਾ ਫਿਰ ਉਸ ਤੋਂ ਬਾਅਦ ਔਖਾ। ਪਰ ਇਹ ਤੁਹਾਨੂੰ ਸਾਰੀ ਚੀਜ਼ਾਂ ਮਿਲ ਰਹੀਆਂ ਨੇ। ਮੈਂ ਕਿਸਮਤ ਵਾਲਾ, ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ, ਜੋ ਮੈਨੂੰ ਇੰਨਾ ਪਿਆਰ ਕਰਦੇ ਆ। ਕੋਈ ਵੀ ਕਲਾਕਾਰ, ਕਲਾਕਾਰ ਦੇਖਣ ਨੂੰ ਸੋਹਣਾ ਲੱਗਦਾ, ਪਰ ਅੰਦਰ ਪਤਾ ਕਲਾਕਾਰ ਨੂੰ ਵੀ ਮੈਂ ਕੀ ਚੀਜ਼ ਹਾਂ, ਮੈਂ ਵੀ ਹੈਰਾਨ ਹਾਂ ਵੀ ਮੈਂ ਕੀ ਸੀ ਅਤੇ ਕੀ ਮੈਨੂੰ ਬਣਾਤਾ। ਥੈਂਕ ਯੂ, ਬਸ ਥੈਂਕ ਯੂ, ਥੈਂਕ ਯੂ, ਥੈਂਕ ਯੂ। ਜਿੰਨੇ ਵੀ ਮੈਨੂੰ ਚਾਹੁਣ ਵਾਲੇ ਆ, ਮੈਂ ਫੈਨ ਨਹੀਂ ਕਹਿੰਦਾ, ਫੈਨ ਭਰਾ ਮੈਂ ਕੌਣ ਆ, ਹੈ ਨਾ, ਫੈਨ ਬਣਾਉਣਾ, ਮੈਨੂੰ ਮੇਰੇ ਸਰੋਤੇ ਆ ਜੋ ਮੈਨੂੰ ਸੁਣਦੇ ਆ, ਉਹਨਾਂ ਦਾ ਮੈਂ ਤਹਿ ਦਿਲ ਸ਼ੁਕਰਗੁਜ਼ਾਰ ਹਾਂ। ਅੱਜ ਆਪਣੇ ਆਪ ਨੂੰ ਤੁਸੀਂ ਕਿੱਥੇ ਦੇਖਦੇ ਅਗਰ ਜੇ ਤੁਸੀਂ ਸਟਾਰ ਨਾ ਹੁੰਦੇ ਤਾਂ, ਆਰਟਿਸਟ ਨਾ ਹੁੰਦੇ ਤਾਂ? ਮੈਂ ਭਰਾ ਕਿਸੇ ਸ਼ੌਪ ਸ਼ੁਪ ਤੇ ਕੰਮ ਕਰਨ ਆਉਣਾ ਸੀ, ਜਾਂ ਮੈਂ ਲਲਾਰੀ ਹੋਣਾ, ਲਲਾਰੀ ਹੋਣਾ ਸੀਗਾ। ਤੁਸੀਂ ਬੱਸਾਂ ਵਾਲਾ ਕੰਮ ਵੀ ਕੀਤਾ ਵੀਰੇ? ਮੈਂ ਬਿਲਡਿੰਗ ਕੀਤੀ, ਹੈ ਨਾ, ਤੇ ਮਤਲਬ ਆਪਾਂ ਜੇ ਕਹਿ ਸਕੀਏ ਸਟਰਗਲ ਦਾ ਟਾਈਮ ਕਿੰਨਾ ਕੁ ਰਿਹਾ ਵੀਰੇ? ਮੇਰਾ ਵੀਰੇ 14 ਸਾਲ 14 ਸਾਲ ਜੀ। ਉਹ 14 ਸਾਲਾਂ ਦੇ ਵਿੱਚ ਕੀ ਕੀ ਕੀਤਾ, ਥੋੜ੍ਹਾ ਡਿਟੇਲ ਨਾਲ ਦੱਸੋ। ਮੈਂ 7ਵੀਂ ਫੇਲ ਹੋਇਆ, ਹਟਿਆ, ਉਸ ਤੋਂ ਬਾਅਦ ਮੈਂ ਸਿੱਧਾ ਬਾਡੀਆਂ, ਸਾਡੇ ਪਿੰਡ ਬਾਡੀਆਂ ਬਣ ਗਈਆਂ ਬੱਸਾਂ ਦੀਆਂ, ਬਾਡੀਆਂ ਦੇ ਉੱਥੇ ਪ੍ਰਾਈਮਰ ਮਾਰਿਆ 6 ਮਹੀਨੇ, ਫਿਰ ਮੈਂ ਬਿਲਡਿੰਗ ਦਾ ਕੰਮ ਸਿੱਖਣ ਲੱਗ ਗਿਆ, ਯਾਨੀ 2 ਸਾਲ ਉੱਥੇ ਲਾਏ ਜੀ। ਫਿਰ ਉਸ ਤੋਂ ਬਾਅਦ ਮੈਂ ਡੈਡੀ ਕੋਲ ਆ ਗਿਆ, ਡੈਡੀ ਕੋਲ ਆਇਆ ਅਤੇ ਨਾਲ ਇੱਕ ਸ਼ੌਪ ਹੁੰਦੀ ਸੀ ਬਾਣੀਆਂ ਦੀ, ਉਹਨਾਂ ਦੇ ਵੀ ਕੰਮ ਕੀਤਾ, ਪੁੱਛੇ ਪੁੱਛੇ ਲਾਏ, ਫਿਰ ਡੈਡੀ ਕੋਲ ਆ ਗਿਆ, ਫਿਰ ਗਾਉਣ ਦਾ ਚਸਕਾ ਪੈ ਗਿਆ। ਫਿਰ ਮੈਂ ਪਹਿਲਾਂ ਫਿਰ 2 ਸਾਲ ਕਵਾਲੀਆਂ ਕੀਤੀਆਂ ਜੀ, ਫਿਰ 4.5 ਸਾਲ ਕਮਿੰਦਰ ਪਿੰਡ ਦੇ ਨਾਲ ਫਿਰ ਜੀ। ਤੁਹਾਨੂੰ ਭਾਅ ਜੀ ਮੋਸਟਲੀ ਜ਼ਿਆਦਾ ਲੋਕਾਂ ਨੂੰ ਪਤਾ ਕਿ ਤੁਸੀਂ ਜਿਹੜੀ ਗਾਇਕੀ ਤੁਹਾਨੂੰ ਘਰਾਣੇ ਤੋਂ ਮਿਲੀ ਹੋਈ ਨਾ, ਘਰ ਚੋਂ ਮਿਲੀ ਹੋਈ ਆ, ਪਰ ਆਉਣ ਲੱਗੇ ਇੰਨਾ ਟਾਈਮ ਕੋਲ ਆਤਾ ਮਾਇੰਡ ਨਹੀਂ ਸੀਗਾ, ਮਾਇੰਡ ਕੀ, ਮਾਇੰਡ ਕੀ ਕਹਿੰਦਾ, ਸ਼ੈਤਾਨ ਸੀਗਾ ਮਾਇੰਡ ਜਾਂ ਕਿਸੇ ਹੋਰ ਕੰਮ ਵਾਲੇ ਪਾਸੇ ਸੀਗਾ? ਚਲੋ ਆਸ਼ਕ ਦਾ ਖੈਰ ਹੈ ਸੀਗਾ, ਆਈ ਮਗਾਈ ਨਾਲ ਰਲ ਕੇ ਤੋਂ ਲੜਤੇ, ਜੋ ਕਰ ਲਿਆ ਜੋ ਨਹੀਂ ਹੋ ਚੜ੍ਹ ਮੈਂ ਆ ਗਾ ਉਹ ਵਾਲਾ। ਹਾਂ, ਫਿਰ ਮੇਰੇ ਭਰਾ ਨੇ ਗਾਏ ਸੀ ਛੋਟੇ ਨੇ, ਸਾਰੇ ਨੇ ਉਹਨੂੰ ਬੜਾ ਪਿਆਰ ਮਿਲਿਆ, ਮੈਂ ਯਾਰ ਮੈਨੂੰ ਕਿਉਂ ਨਹੀਂ ਪਿਆਰ ਕਰਦੇ ਨੇ, ਮੈਂ ਆਪਣੇ ਆਪ ਦੇਖਿਆ ਵੀ ਤੂੰ ਕੁਛ ਹੋਰ ਆ, ਹੁਣ ਕੁਛ ਹੋਰ ਆ, ਮੈਂ ਗਾਉਣ ਲੱਗਿਆ ਹੁਣ ਪਿਆਰ ਮਿਲਦਾ। ਜਦੋਂ ਵੀ ਸਟਾਰਟਿੰਗ ਹੋਈ ਸਜਣਾ ਗਾਣੇ ਤੋਂ ਹੋਈ, ਖਾਨ ਸਾਹਿਬ ਦੇ ਨਾਲ ਹੋਈ, ਪੂਰੀ ਟੀਮ ਸੀ, ਖਾਨ ਸਾਹਿਬ, ਤੁਸੀਂ, ਗੈਰੀ ਬਾਈ, ਹੈ ਨਾ, ਫਿਰ ਇਹ ਸਾਰੇ ਅਲੱਗ ਅਲੱਗ ਰਸਤੇ 'ਤੇ ਕਿਉਂ ਹੋ ਗਏ?
ਤੁਸੀਂ ਇਕੱਠੇ ਹੋ ਨਾ, ਖਾਨ ਸਾਹਿਬ ਥੋੜੇ ਅਲੱਗ ਰਸਤੇ ਤੋਂ ਹੋ ਗਏ। ਉਹ ਬੰਦਾ ਸਾਡਾ ਹੈਗਾ ਲੱਠਾ। ਅੱਛਾ, ਉਹ ਕਹਿੰਦਾ ਮੈਂ ਨਜ਼ਾਰੇ ਲੈਣੇ ਆ ਬਾਈ, ਕਹਿੰਦਾ ਲਾਉਣ ਨਜ਼ਾਰੇ ਵੀ ਏਦਾਂ ਦੀ ਗੱਲ ਨੀ ਹੈ, ਸਾਡੀ ਬੋਲ ਬਾਣੀ ਵਧੀਆ, ਸਾਰੇ ਪਿਆਰ ਕਰਦੇ ਆ, ਉਹ ਬਾਈ ਨਾਲ ਵੀ ਫੋਨ ਕਰਦਾ, ਬਾਈ ਨੂੰ ਫੋਨ ਕਰਦੇ, ਮੈਂ ਵੀ ਫੋਨ ਕਰਦਾ, ਕੱਲ ਹੀ ਗੱਲ ਹੋ ਗਈ ਅੱਡੀ ਮੇਰੀ, ਗਾਣਾ ਸ਼ੇਅਰ ਕੀਤਾ ਮੈਂ ਮੇਰਾ। ਅੱਛਾ, ਮੈਨੂੰ ਚੰਗਾ ਲੱਗਿਆ, ਉਹਨੇ ਸਾਰਾ ਗਾਣਾ ਪਾਇਆ ਆਪਣੇ ਸਨੈਪਚੈਟ। ਮੇਰਾ ਭਰਾ ਗਾ ਛੋਟਾ ਗਾ, ਗੈਰੀ ਸੰਧੂ ਦੀ ਅਗਰ ਲਾਈਫ ਦੇ ਵਿੱਚ ਗੈਰੀ ਸੰਧੂ ਜੀ ਨਾ ਆਉਂਦੇ, ਹੈਨਾ, ਤੁਹਾਡੀ ਮਤਲਬ ਇੱਕ ਸਾਨੂੰ ਬਾਂਹ ਫੜੀ ਆ, ਜਿਵੇਂ ਆਪਾਂ ਕਹਿ ਦਈਏ ਕਿ ਬੇੜੀ ਪਾਰ ਲਾਈ ਆ, ਹੈਨਾ, ਨਾ ਹੁੰਦਾ ਫਿਰ ਸਿਚੁਏਸ਼ਨਾਂ ਕਿਵੇਂ ਦੀਆਂ ਹੋਣੀਆਂ ਸੀਗੀਆਂ, ਤੇ ਗੈਰੀ ਬਾਈ ਦੀ ਲਾਈਫ ਦੇ ਵਿੱਚ ਕਿੰਨੀ ਇੰਪੋਰਟੈਂਸ ਤੁਹਾਡੀ? ਕਿਉਂ ਤੇ ਮੈਂ ਬਿੱਲੇ ਭਾਅ ਨਾਲ ਕਿਹਾ ਸੀ ਜੀ, ਕਿਸੇ ਨੇ ਨਹੀਂ ਮੈਨੂੰ 3 ਮਹੀਨੇ ਬੁਲਾਇਆ, ਉਹਨਾਂ ਕਾਲ ਲਾਈ, ਪੈਸੇ ਵੀ ਨਹੀਂ ਹੁੰਦੇ ਸੀ ਕੋਲ, ਉਹਨਾਂ ਕਹਿੰਦਾ ਜੇ ਕੋਈ ਪੈਸਾ ਪਾਉਣਾ ਹੁੰਦਾ ਸੀ ਮੇਰੇ। ਮੇਰੇ ਪਿਛਲੇ ਜੇ ਕੁਛ ਮਹੀਨੇ ਦੀ ਚੱਲੀ ਹੈ ਨਾ, 2 ਮਹੀਨੇ ਪਹਿਲਾਂ ਜਾਂ 1.5 ਮਹੀਨੇ ਪਹਿਲਾਂ, ਸੋਸ਼ਲ ਮੀਡੀਆ ਟਿਕਟੋਕ 'ਤੇ ਜੇ ਕਿਸੇ ਗਾਣੇ ਨੇ ਰਾਜ ਕੀਤਾ ਤਾਂ ਉਹ ਚੰਡੀਗੜ੍ਹ ਸ਼ਹਿਰ ਸੀਗਾ, ਹੈਨਾ। ਪਰ ਆਪਣੇ ਆਪ ਨੂੰ ਕੀ ਲੱਗਦਾ ਕਿ ਲਾਈਫ ਚੇਂਜਿੰਗ ਗਾਣਾ ਕਿਹੜਾ ਜੀ ਖਾਂਦਾ ਕਿ ਜਿਹਨੇ ਮੇਰੀ ਜ਼ਿੰਦਗੀ ਬਦਲਤੀ? ਨੋ ਡਾਊਟ ਸਾਰਿਆਂ ਨੇ ਗਾਣੇ ਨੂੰ ਬਹੁਤ ਪਿਆਰ ਕੀਤਾ, ਅਫਸਾਨਾ ਖਾਨ ਜੀ ਵਿੱਚ ਸੀਗੇ ਗਾਣਾ, ਸੁਪਰ ਡੁਪਰ ਹਿੱਟ ਆ, ਬਾਈ ਗੈਰੀ ਵੀ ਵਿੱਚ ਆ, ਪਰ ਤੁਹਾਨੂੰ ਆਪਣਾ ਪਰਸਨਲੀ ਕਿਹੜਾ ਲੱਗਦਾ ਕਿ ਜਿਹਨੇ ਜੀ ਖਾਨ ਨੂੰ ਚੇਂਜ ਕਰਤਾ, ਜੀ ਖਾਨ ਨੂੰ ਜੀ ਖਾਨ ਸਟੈਬਲਿਸ਼ ਕਰਤਾ? ਡਾਲਰ ਗਾਣਾ, ਮਤਲਬ ਹਜੇ ਉਹ ਗਾਣਾ ਰਿਲੀਜ਼ ਵੀ ਨਹੀਂ ਹੋਇਆ, ਹੈਨਾ, ਉਹ ਗਾਣਾ ਕਦੋਂ ਰਿਲੀਜ਼ ਕਰ ਰਹੇ ਵੀਰੇ? ਅਗਸਤ ਦੇ ਲਾਸਟ। ਅੱਛਾ, ਕੀ ਬਾਤ ਹੈ, ਜਦੋਂ ਇੱਕ ਆਰਟਿਸਟ ਹਿੱਟ ਹੋ ਜਾਂਦਾ ਨਾ, ਅਤੇ ਜਦੋਂ ਉਹਦੇ ਪਹਿਲਾਂ ਵਾਲੇ ਸਰਕਲ ਵਾਲੇ ਦੋਸਤ ਹੁੰਦੇ ਆ ਅਤੇ ਜਿਹੜੇ ਬਾਅਦ ਵਾਲੇ ਹੁੰਦੇ ਆ ਉਹ ਚੇਂਜ ਹੋ ਜਾਂਦੇ ਆ, ਤੁਹਾਡੀ ਲਾਈਫ 'ਚ ਕਿੰਨੇ ਚੇਂਜ ਹੋਏ, ਕਿੰਨੇ ਗਏ ਅਤੇ ਕਿੰਨੇ ਆਏ? ਮੇਰੇ ਉਹੀ ਯਾਰ ਦੋਸਤ ਆ ਸਾਰੇ, ਸਾਰਿਆਂ ਨੂੰ ਪਤਾ ਮੈਂ ਹਰ ਇੱਕ ਇੰਟਰਵਿਊ 'ਚ ਬੋਲਦਾ, ਇੱਕ ਮੇਰਾ ਯਾਰ ਦੋਸਤ ਘੈਂਟ ਮੇਰਾ ਭਰਾ ਕਹਿੰਦਾ ਮੇਰੇ ਨਾਲ ਹਰ ਵਕਤ ਸਾਥ ਦਿੰਦਾ, ਅਮਨਦੀਪ ਬੱਟੂ ਮੇਰਾ ਭਰਾ, ਥੈਂਕ ਯੂ ਉਹਦਾ। ਉਹ ਵੀ ਹਮੇਸ਼ਾ ਨਾਲ ਖੜੇ ਨੇ, ਸਟਿਲ ਨਾਲ ਖੜੇ ਨੇ, ਕਿਆ ਬਾਤ ਹੈ, ਅਸੀਂ ਵੀ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ ਜੀ, ਤੁਸੀਂ ਇਸੇ ਤਰ੍ਹਾਂ ਸੋਹਣਾ ਸੋਹਣਾ ਕੰਮ ਕਰਦੇ ਰਹੋ, ਅਤੇ ਜਾਣ ਤੋਂ ਪਹਿਲਾਂ ਆਪਣੇ ਅਪਕਮਿੰਗ ਪ੍ਰੋਜੈਕਟਸ ਸਾਨੂੰ ਸਾਰਿਆਂ ਨੂੰ ਦੱਸ ਦਿਓ ਕਿ ਜੀ ਖਾਨ ਦਾ ਅੱਗੇ ਕੀ ਆ ਰਿਹਾ? ਡਾਲਰ ਗਾਣਾ ਆ ਰਿਹਾ ਜੀ, ਫੈਸਲੇ ਆ ਚੁੱਕਾ, ਡਾਲਰ ਆ ਰਿਹਾ, ਉਸ ਤੋਂ ਬਾਅਦ ਬਾਈ ਗੈਰੀ ਦਾ ਲਿਖਿਆ, ਉਹ ਇਹ ਨਹੀਂ ਪਤਾ, ਇਹ ਨਹੀਂ ਦੱਸਣਾ ਬੀਟ ਆ ਜਾਂ ਸੈਡ ਆ। ਚਲੋ ਇਹ ਦੱਸ ਦਿੰਦੇ ਆਪਾਂ ਕਿੰਨੀ ਦੇਰ ਤੱਕ ਆ ਰਿਹਾ, 10 ਦਿਨਾਂ ਨੂੰ, ਮਹੀਨੇ ਨੂੰ, 20 ਦਿਨਾਂ ਨੂੰ? ਡਾਲਰ ਨਹੀਂ, ਬਾਈ ਗੈਰੀ ਵਾਲਾ, ਉਹ ਅੱਗੇ ਕਰੂੰਗਾ, ਅੱਗੇ ਕਰਾਂਗੇ। ਤੇ ਡਾਲਰ ਗਾਣਾ ਕਦੋਂ ਆ ਰਿਹਾ? ਇਹ ਮੈਂ ਆਹੀ ਬਸ ਜਾਂ ਅਗਸਤ ਬਾਅਦ ਜਿਹੜਾ ਮਹੀਨਾ ਆਉਂਦਾ ਜਲਦੀ। ਕੀ ਬਾਤ ਹੈ, ਹੁਣ ਵੀਰੇ ਲਾਸਟ ਜਾਣ ਤੋਂ ਪਹਿਲਾਂ ਇੱਕ ਐਸਾ ਗਾਣਾ ਜੋ ਤੁਹਾਡੇ ਦਿਲ ਦੇ ਕਰੀਬ ਆ ਪਰ ਤੁਸੀਂ ਹਜੇ ਤੱਕ ਉਹਨੂੰ ਰਿਕਾਰਡ ਨਹੀਂ ਕਰਾਇਆ ਜਾਂ ਲੋਕਾਂ ਮੂਹਰੇ ਨਹੀਂ ਆਇਆ, ਇਦਾਂ ਦਾ ਗਾਣਾ ਤੁਹਾਡੇ ਕੋਲ ਸੁਣਨਾ ਚਾਹਾਂਗੇ। ਹੋ ਜਿਵੇਂ ਮੈਨੂੰ ਨਾ ਮਿਲੀ ਨੀਂਦ ਤੈਨੂੰ ਨਾ ਜੁੜੇ, ਮੈਨੂੰ ਆਇਆ ਨਹੀਂ ਕਦੇ ਚੈਨ ਤੇਰਾ ਵੀ ਥੋੜੇ, ਉਹ ਤੇਰਾ ਦਿਲ ਜਿਹਨੂੰ ਇਹ ਚਾਵੇ ਉਹ ਤੈਨੂੰ ਰੋਜ਼ ਰਵਾਵੇ, ਚੱਲਦੇ ਹੀ ਰਹਿ ਤੇਰੇ ਉਹਦੇ ਨਾ ਗਿਲੇ, ਬਸ ਛੱਡ ਕੇ ਨਾ ਜਾਵੇ ਤੈਨੂੰ ਪਿਆਰ ਨਾ ਮਿਲੇ,
ਬਸ ਛੱਡ ਕੇ ਨਾ ਜਾਵੇ ਤੈਨੂੰ ਪਿਆਰ ਨਾ ਮਿਲੇ। ਬਈ ਜਦੋਂ ਕਿਸੇ ਦੇ ਨਾਲ ਦਿਲ ਜੁੜਨਾ ਹੁੰਦਾ ਨਾ ਜਾਂ ਕਹਿੰਦੇ ਤਾਲਮੇਲ ਬਣਨਾ ਹੁੰਦਾ ਤੇ ਮੂਮੈਂਟਸ ਕਾਫੀ ਜ਼ਿਆਦਾ ਹੋ ਜਾਂਦੀਆਂ ਕਿ ਤੁਸੀਂ ਉਹਨਾਂ ਨਾਲ ਟੱਚ ਹੀ ਹੋ ਰਹੇ ਹੋ ਨਾ। ਬਾਈ ਜੇ ਆਪਾਂ ਗੈਰੀ ਸੰਧੂ ਦੀ ਗੱਲ ਕਰੀਏ ਪਰ ਨਾ ਦਿਲ ਲੱਗਣ ਦੇ ਲਈ ਜਾਂ ਪ੍ਰਭਾਵ ਪਾਉਣ ਦੇ ਲਈ ਇੱਕੋ ਮੂਮੈਂਟ ਕਾਫੀ ਹੁੰਦੀ ਆ ਕਿ ਉਹ ਮੂਮੈਂਟ ਨਾਲ ਜੁੜਨ ਕੇ ਯਾਰ ਇਹ ਬੰਦਾ ਮੇਰੇ ਲਈ ਪਰਫੈਕਟ ਆ ਜਾਂ ਮੈਂ ਇਹਦੇ ਲਈ ਪਰਫੈਕਟ ਆ, ਹਨਾ ਕਿ ਮੇਰੇ ਲਈ ਇੰਨਾ ਸੋਚਦਾ ਜਾਂ ਮੈਂ ਉਹਨਾਂ ਲਈ ਸੋਚਦਾ। ਉਹ ਮੂਮੈਂਟ ਕਿਹੜੀ ਸੀਗੀ ਬਾਈ ਗੈਰੀ ਸੰਧੂ ਦੇ ਨਾਲ? ਤੇ ਮੈਂ ਜਦੋਂ ਆਪਣਾ ਫੇਸਬੁੱਕ ਖੋਲ੍ਹੀ ਫੁੱਲ, ਇੰਸਟਾਗ੍ਰਾਮ ਖੋਲ੍ਹਿਆ ਫੁੱਲ, ਮੈਂ ਸੋਚਿਆ ਠੀਕ ਹੈ। ਪਰ ਹੌਲੀ ਹੌਲੀ ਜਦੋਂ ਮੇਰਾ ਸੱਜਣਾ ਜਾਣ ਕਰਤਾ ਬਾਈ ਨੇ, ਮੈਂ ਵੀ ਠੀਕ ਹੈ, ਜੋ ਕਿਹਾ ਬੰਦੇ ਨੇ ਪੂਰਾ ਕੀਤਾ। ਉਸ ਤੋਂ ਬਾਅਦ ਆਪਣਾ ਰੱਬ ਮੇਰਾ ਬਾਈ ਮੇਰੀ ਜ਼ਿੰਦਗੀ ਦਾ ਸਭ ਤੋਂ ਘੈਂਟ ਇਨਸਾਨ, ਉਹਨਾਂ ਤੋਂ ਉੱਪਰ ਮੈਨੂੰ ਕਦੀ ਵੀ ਮੇਰਾ ਬਾਈ ਕਹਿ ਦੇ ਵੀ ਇੱਥੇ ਖੜ ਕੇ ਤੂੰ ਆਹ ਕੰਮ ਕਰਦੇ ਤਾਂ ਹੋ ਗਿਆ ਕੋਈ ਵੀ ਕੰਮ। ਸੱਜਣਾ ਗਾਣੇ ਨੂੰ ਆਪਣਾ ਮਾਈਲਸਟੋਨ ਮੰਨਦੇ ਕਿ ਉਸ ਗਾਣੇ ਦੇ ਨਾਲ ਜੀ ਖਾਨ ਨੂੰ ਇੱਕ ਵੱਖਰੀ ਪਹਿਚਾਣ ਮਿਲ ਗਈ, ਹਨਾ ਇੰਸਟੈਂਟ ਦੋਨਾਂ ਨੂੰ ਮਿਲ ਗਈ ਸੀ, ਖਾਨ ਸਾਹਿਬ ਨੂੰ ਤੁਹਾਨੂੰ ਵੀ, ਹਨਾ। ਤੇ ਉਹ ਗਾਣੇ ਦੀ ਚੋਇਸ ਕਿਹਦੀ ਸੀਗੀ, ਬਾਈ ਦੀ ਸੀਗੀ? ਉਹ ਵੀ ਉਹ ਗਾਣਾ ਮੇਰੇ ਕੋਲ ਸੀ ਜੀ 4 ਸਾਲਾਂ ਦਾ। ਮੈਨੂੰ ਕੋਈ ਪੈਸੇ ਨਹੀਂ ਸੀਗੇ ਕਹਿਣ ਦਾ ਤੇ ਬਾਈ ਕਹਿੰਦੇ ਸੀ ਕੋਈ ਤੇਰੇ ਕੋਲ, ਜਦੋਂ ਮੈਨੂੰ ਸੁਣੀ ਜਾਂਦੇ ਸੀ ਬਾਈ ਤੇ ਬਾਈ ਕਹਿੰਦੇ ਜੇ ਤੂੰ ਆਪਣਾ ਗਾਣਾ ਕੋਈ ਕਰਨਾ ਮੈਂ ਸੱਜਣਾ ਸੁਣਾਇਆ ਸੀਗਾ। ਮੈਂ ਗਾ ਗਾ ਕੇ ਇੰਨਾ ਬੋਰ ਹੋ ਗਿਆ ਸੀ ਸੱਜਣਾ ਗਾਣਾ, ਮੈਨੂੰ ਵੀ ਚੰਗਾ ਲੱਗਣਾ ਹਟ ਗਿਆ ਸੀ। ਯਾਨੀ ਕਿ ਜਦੋਂ ਆਪਾਂ ਜ਼ਿਆਦਾ ਗਾਉਂਦੇ ਹਾਂ ਜਾਂ ਜ਼ਿਆਦਾ ਸੁਣਦੇ ਹਾਂ ਹਨਾ, ਗਾਣੇ ਤੁਰ ਕੇ ਜਾਂਦੇ ਆਪਾਂ, ਬਾਈ ਕਹਿੰਦੇ ਗਾਣੀ ਇਹ ਕਰਨਾ ਪਤਾ ਨਹੀਂ ਚੱਲਣਾ ਪਤਾ ਨਹੀਂ, ਪਰ ਚੱਲਿਆ ਉਹ ਜੀ। ਉਹ ਸੱਜਣਾ ਗਾਣੇ ਤੋਂ ਬਾਅਦ ਮੈਂ ਬਹੁਤ ਸ਼ੋਲਾ ਆਇਆ। ਉਹ ਯਾਨੀ ਕਿ ਆਪਣਾ ਨਾ ਸੋਸ਼ਲ ਮੀਡੀਆ ਘੱਟ ਸੀਗਾ, ਹੁਣ ਸ਼ੋਆਂ ਦਾ ਵੱਧ ਵਧਾ ਸਕਦਾ, ਹੁਣ ਵੀ ਚਲੋ ਵਧੀਆ ਕਿਰਪਾ ਮਾਲਕ ਦੀ, ਉਸ ਟਾਈਮ ਵੀ ਵਧੀਆ ਕਿਰਪਾ ਸੀ ਜੀ। ਹੁਣ ਵੀਰੇ ਨਾ ਟਾਈਮ ਸਾਰਾ ਕਮਰਸ਼ੀਅਲ ਹੋ ਗਿਆ, ਸਾਰੀ ਗੱਲ ਪੈਸੇ ਦੀ ਹੋ ਗਈ, ਹਨਾ ਜਿਵੇਂ ਤੁਸੀਂ ਗੱਲ ਕੀਤੀ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਸੀਗੇ, ਟੈਲੈਂਟ ਦੇ ਨਾਲ ਹੁਣ ਪੈਸਾ ਕਿੰਨਾ ਮੈਟਰ ਰੱਖਦਾ? ਕਿ ਪੈਸੇ ਤਾਂ ਹੋਣੇ ਚਾਹੀਦੇ ਆ, ਟੈਲੈਂਟ ਮੈਟਰ ਨਹੀਂ ਕਰਦਾ, ਜੇ ਤੁਸੀਂ ਕੋਲ ਪੈਸਾ ਹੈਗਾ ਤੁਸੀਂ ਤਾਂ ਮੂਹਰੇ ਆ ਸਕਦੇ ਹੋ। ਨਹੀਂ ਹੁਣ ਜੇ ਦੇਖਿਆ ਜਾਵੇ ਕਿ ਮੈਨੂੰ ਗਾਉਣਾ ਨਹੀਂ ਆਉਂਦਾ, ਉਹ ਪੈਸਿਆਂ ਦੀ ਦਮ ਤੇ ਆ। ਹਾਂ ਮਤਲਬ ਪੈਸਾ ਇੰਪੋਰਟੈਂਟ ਹੋ ਗਿਆ ਨਾ? ਹਾਂ ਕਹਿ ਸਕਦੇ। ਪਰ ਜਦ ਕੋਈ ਟੈਲੈਂਟ ਹੈਗਾ ਹੈ ਜਿਹੜੇ ਸੁਣਦੇ ਆ ਉਹ ਇਹ ਕਹਿਣਗੇ ਵੀ ਹਾਂ ਬੰਦਾ ਸੁਰੀਲਾ ਹੋਣਾ ਚਾਹੀਦਾ, ਚਾਹੇ ਕੋਈ ਵੀ ਹੁਣ ਕੀ ਅਸੀਂ ਸ਼ੋਅ 'ਤੇ ਜਾਂਦੇ ਹਾਂ ਮੁੰਡੇ ਗਾਉਂਦੇ ਆ ਸੁਰੀਲਾ, ਸੁਰ ਐਸਾ ਐਸੀ ਚੀਜ਼ ਆ ਵੀ ਬੰਦੇ ਨੇ ਮੋਏ ਦੇ ਵਿੱਚ ਨਾ ਮਰੇ ਦੇ ਵਿੱਚ ਜਾਣ ਪਾ ਦਿੰਦੀ ਹੈ ਸੁਰ ਐਸੀ ਚੀਜ਼। ਕਈ ਮੁੰਡੇ ਬਹੁਤ ਸੁਰੀਲਾ ਗਾਉਂਦੇ ਆ ਪਰ ਉਹਨਾਂ ਕੋਲ ਪੈਸਾ ਹੈ ਨਹੀਂ, ਉਹਨਾਂ ਨੂੰ ਅੱਗੇ ਲਾਉਣ ਦਾ ਸਮਾਂ ਨਹੀਂ ਮਿਲਦਾ, ਆਈ ਜਾਂਦੇ ਆ। ਕੀ ਬਾਤ ਹੈ, ਚਲੋ ਇਹਨਾਂ ਦਾ ਵੀ ਲਿਖਿਆ ਹੈਗਾ ਵੀ ਇਹਨਾਂ ਨੇ ਖਾਣਾ ਹੀ, ਇਹ ਗਾ ਕੇ ਖਾਣਾ ਤਾਂ ਖਾਣੀ ਹੈ, ਕਿਸਮਤ ਬੰਦਾ ਉੱਥੋਂ ਬਿਠਾ ਕੇ ਰੱਖਿਆ। ਕਿਸਮਤ ਵੀ ਜ਼ਰੂਰੀ ਹੈ ਪੈਸੇ ਦੇ ਨਾਲ। ਲਾਸਟ ਕਿਹੜਾ ਇਦਾਂ ਦਾ ਗਾਣਾ ਸੁਣਿਆ ਸੀ ਜਿਹਨੂੰ ਦੇਖ ਕੇ ਲੱਗਾ ਯਾਰ ਜੀ ਖਾਨ ਆਹ ਕੀ ਚੱਲੀ ਜਾਂਦਾ ਯਾਰ, ਇਹ ਚੱਲ ਕੀ ਰਿਹਾ ਹੈ, ਵਾਟ ਇਜ਼ ਹੈਪਨਿੰਗ? ਕੋਈ ਇਦਾਂ ਦਾ ਗੱਡੀ 'ਚ ਡਰੇਕ ਸੁਣ ਸੁਣ ਕੇ ਠੀਕ ਲੱਗਦਾ, ਵਧੀਆ ਨਹੀਂ ਲੱਗਾ? ਚਲੋ ਆਪਾਂ ਥੋੜ੍ਹੀ ਸੁਰੀਲੀ ਗੱਲ ਕਰਦੇ ਹਾਂ ਵੀ ਸੱਜਣਾ ਗਾਣੇ ਦੀ ਗੱਲ ਕਰ ਰਹੇ ਸੀਗੇ ਕਿ ਮੈਂ ਗਾ ਗਾ ਕੇ ਬੋਰ ਹੋ ਗਿਆ ਸੀਗਾ ਨਾ ਉਹ ਗਾਣਾ, ਪਰ ਆਪਾਂ ਜਿੰਨੀ ਵਾਰੀ ਸੁਣਦੇ ਅਸੀਂ ਬੋਰ ਨਹੀਂ ਹੁੰਦੇ। ਸੋ ਮੈਂ ਚਾਹੂੰਗਾ ਸਾਡੀ ਆਡੀਅੰਸ ਲਈ, ਸਾਡੇ ਸਾਰਿਆਂ ਲਈ, ਮੇਰੇ ਲਈ ਤੁਸੀਂ ਇੱਕ ਸੱਜਣਾ ਗਾਣਾ ਗਾ ਦਿਓ। ਤੂੰ ਸੱਜਣਾ ਰੱਬ ਦੇ ਨਾਂ ਵਰਗਾ,
ਤੇ ਆਉਂਦੇ ਜਾਂਦੇ ਸਾਵਰਗਾ ਸਾਰਿਆਂ ਨੂੰ ਪਤਾ ਮੇਰਾ ਗਲਾ ਖਰਾਬ ਚੱਲਦਾ ਹਾਂ ਹਾਂ ਮੈਨੂੰ ਪਤਾ ਵੀਰੇ ਸ਼ੋਰ ਲਗਾਤਾਰ ਹੁਣ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ ਹੋ ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਗਲੀ ਦਾ ਸਿਸਟਮ ਇੱਦਾਂ ਕਰਾਉਣਾ 10-15 ਮਿੰਟ ਲੈਂਦਾ ਸਟਾਰਟ ਹੋਣ ਜਦੋਂ ਸਟਾਰਟ ਹੋ ਜਾਂਦਾ ਫਿਰ ਗੱਲ ਕਰਦਾ ਹਨਾ ਹਲੀਮੀ ਦੀ ਡਾਊਨ ਟੂ ਅਰਥ ਹਨਾ ਤੁਸੀਂ ਹੁਣ ਨੋ ਡਾਊਟ ਸਾਰੇ ਤੁਹਾਨੂੰ ਜਾਣਦੇ ਹਨਾ ਜੀ ਖਾਂਦੀ ਹੋ ਗਈ ਸਟਾਰਡਮ ਇੱਕ ਵਰਡ ਸਟਾਰ ਵਰਡ ਨਾਲ ਜੁੜ ਗਿਆ ਹਨਾ ਪਰ ਉਹਨੂੰ ਬਰਕਰਾਰ ਰੱਖਣਾ ਹਨਾ ਜਿਵੇਂ ਤੁਸੀਂ ਹਲੀਮੀ 'ਚ ਹਰ ਗੱਲ ਹਲੀਮੀ 'ਚ ਕਰਦੇ ਹੋ ਨਾ ਤੁਹਾਨੂੰ ਉੱਦਾਂ ਫੋਨ 'ਤੇ ਆਪਣੀਆਂ ਗੱਲਾਂ ਹੋਈਆਂ ਬੜੀ ਡਾਊਨ ਟੂ ਅਰਥ ਇਹ ਹਲੀਮੀ ਕਿੱਥੋਂ ਲੈ ਕੇ ਆਉਂਦੇ ਵੀਰ ਤੁਹਾਡਾ ਮਨ ਨਹੀਂ ਹੁੰਦਾ ਕਿ ਸਟਾਰਾਂ ਵਾਲਾ ਮੈਂ ਵੀ ਐਟੀਟਿਊਡ ਰੱਖਾਂ ਥੋੜ੍ਹਾ ਜਿਹਾ ਜਿਹਨੇ ਮਾੜਾ ਟਾਈਮ ਦੇਖਿਆ ਨਾ ਉਹਦੇ 'ਚ ਕਦੇ ਨਹੀਂ ਆਊਗੀ ਅਹੰਕਾਰ ਵਾਲੀ ਗੱਲ ਕਿਉਂਕਿ ਡਰ ਲੱਗਿਆ ਰਹਿੰਦਾ ਇਹੀ ਮੈਂ ਕਦੀ ਵੀ ਉਹ ਕਰ ਲੈਣਾ ਮੈਂ ਕਦੇ ਨਹੀਂ ਕਹਿੰਦਾ ਵੀ ਮੇਰਾ ਗਾਣਾ ਸ਼ੇਅਰ ਕਰੋ ਮੈਂ ਦੱਸਿਆ ਕਿ ਨਾ ਯਾਰ ਸੁਣ ਹੀ ਲਓ ਬਸ ਤੁਸੀਂ ਸੁਣ ਹੀ ਲਓ ਗਾਣਾ ਇੰਨਾ ਹੀ ਬਹੁਤ ਆ ਸੁਣ ਲਿਆ ਕਰੋ ਨਾਲ ਪਿਆਰ ਛੱਡ ਦਿੰਦੇ ਨੇ ਮੈਨੂੰ ਯਾਦ ਆ ਗਿਆ ਤੁਹਾਡੇ ਇੰਟਰਨੈਟ ਤੇ ਵੀਰੇ ਇੱਕ ਗਾਣਾ ਬਹੁਤ ਵਾਇਰਲ ਹੋ ਰਿਹਾ ਉਹ ਡਾਲਰ ਗਿਣਦੀ ਹੈ ਤੇ ਮੈਂ ਤਾਰੇ ਗਿਣਦਾ ਵੀਰੇ ਉਹ ਸਹੀ ਗੱਲ ਤੁਸੀਂ ਦੇਖਿਆ ਆਪਣਾ ਕਲਿੱਪ ਹਨਾ ਕਿੰਨਾ ਚੱਲਿਆ ਉਹਲਾ ਸਾਰੇ ਪਾਸੇ ਵਾਇਰਲ ਹੋ ਗਿਆ ਟਿਕਟੋਕ ਤੇ ਵੀ ਹੋ ਗਿਆ ਉਹਦੀ ਵਰਡਿੰਗ ਵੀ ਬੜੀ ਘੈਂਟ ਆ ਤੇ ਪਹਿਲਾਂ ਥੋੜਾ ਜਿਹਾ ਗਾਣੇ ਬਾਰੇ ਦੱਸੋ ਫਿਰ ਤੁਸੀਂ ਗਾਣਾ ਸੁਣਾ ਦਿਓ ਉਹਲਾ ਉਹ ਗਾਣਾ ਲਿਖਿਆ ਸੀ ਜੀ ਫਤਿਹ ਸ਼ੇਰ ਕੀਤੀ ਜੀ ਉਹ ਗਾਣਾ ਦਿੱਤਾ ਸੀ ਬਾਈ ਗਿਆ ਜੀ ਹੂੰ ਗਾਉਣਾ ਸੀ ਬਾਈ ਨੇ ਤੇ ਬਾਈ ਮੈਨੂੰ ਪਿਆਰ ਬਹੁਤ ਕਰਦੇ ਆ ਮੈਂ ਸ਼ੋਅ ਤੇ ਗਿਆ ਸੀ ਮੈਂ ਕਿਹਾ ਬਾਈ ਮੈਂ ਗਾਣਾ ਗਾਣਾ ਕਹਿੰਦੇ ਗਾ ਯਾਰ ਉਹ ਸਾਨੂੰ ਕੀ ਪਤਾ ਜੀ ਮੈਂ ਚੱਲ ਜਾਣਾ ਤਾਰੀਫ ਕੀਤੀ ਗਾਣਾ ਤੇ ਪਹਿਲਾਂ ਗਾਣਾ ਹੋ ਜਾਏ ਫਿਰ ਆਪਾਂ ਹੋਰ ਤਾਰੀਫ ਕਰਾਂਗੇ ਅੱਖੀਆਂ ਨੂੰ ਜਗ ਰਾਤੇ ਦੇਗੀ ਉਹ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਜੋ ਉਹਨੇ ਸੁਪਨੇ ਤੋੜੇ ਉਹ ਮੈਂ ਸਾਰੇ ਗਿਣਦਾ ਆਏ ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਕੀ ਬਾਤ ਹੈ ਗਾਣਾ
ਵੀਰੇ ਤੁਹਾਡੇ ਰੇਟ 'ਚ ਫਰਕ ਆਇਆ ਵੈਸੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ, ਕਿ ਪਹਿਲਾਂ ਜੀ ਖਾਨ ਕਿੰਨੇ ਚਾਰਜ ਕਰਦਾ ਸੀਗਾ ਅਤੇ ਹੁਣ ਕਿੰਨੇ ਚਾਰਜ ਕਰਦਾ ਹੈ, ਕਿੰਨਾ ਫਰਕ ਆਇਆ ਵੀਰੇ? ਹੁਣ ਕਰੰਟਲੀ ਕਿੰਨਾ ਚਾਰਜ ਕਰ ਰਹੇ ਹੋ ਜੇ ਕਿਸੇ ਨੇ ਬੁੱਕ ਕਰਨਾ ਜੀ ਖਾਨ ਨੂੰ? ਇਹਦਾ ਮੇਰੇ ਭਰਾ ਨੂੰ ਪਤਾ ਜਿਹੜਾ ਹੁੰਦਾ ਨਾ, ਇਹ ਤੁਸੀਂ ਗੱਲ ਲੁਕਾ ਰਹੇ ਹੋ ਹੁਣ ਵੀਰੇ। ਨਹੀਂ ਉਹ ਉਹੀ ਕਰਦਾ ਸਾਹਿਲ ਕਰਦਾ। ਚਲੋ ਆਪਾਂ ਜੀ ਗੱਲ ਕਰੀਏ ਪਰਸੈਂਟੇਜ ਦੇ ਵਿੱਚ ਕਿੰਨਾ ਫਰਕ ਆ ਗਿਆ ਸਟਾਰਟਿੰਗ ਟੂ ਨਾਓ? ਮਤਲਬ ਇੰਨਾ ਕਰ ਲੈਣੇ ਕਿ ਜੀ ਖਾਨ ਨੂੰ ਜੋ ਬੁੱਕ ਕਰਾਉਣਾ ਹੋਵੇ ਸੌਖਾ ਕੀ ਔਖਾ ਹੈ? 70 ਸੌਖਾ ਹੀ ਹੋਵੇ, ਸੌਖਾ ਬੜਾ ਪੈਸੇ ਮਿਲੇ। ਠੀਕ ਹੈ ਫਿਰ ਲੈਣਾ ਯਾਰ, ਮੈਨੂੰ ਇਹ ਹੁੰਦਾ ਕਿ ਯਾਰ ਕਿਹਦਾ ਦਿਲ ਨਾ ਦੁਖੇ, ਜਿਹੜਾ ਮੈਨੂੰ ਸੱਦਦਾ ਪਿਆਰ ਨਾ ਹੁੰਦੇ ਉਹਦੇ ਘਰੇ ਜਾ ਕੇ ਆਪਾਂ ਦੋ ਗਾਣੇ ਗਾਈਏ, ਸਾਡੇ ਗਾਣੇ ਗਾਉਣ ਨਾਲ ਕੋਈ ਖੁਸ਼ ਹੁੰਦਾ ਤਾਂ ਹੋਰ ਵੀ ਚਾਹੀਦਾ। ਕਿਆ ਬਾਤ ਹੈ। ਹੁਣ ਵੀਰੇ ਤੁਸੀਂ ਗੈਰੀ ਸੰਧੂ ਦੇ ਨਾਲ ਮੋਸਟ ਆਫ ਟਾਈਮ ਰਹਿੰਦੇ ਹੋ, ਉਹਨਾਂ ਦੇ ਨਾਲ ਪਿੱਛੇ ਕੋਰਸ ਤੇ ਵੀ ਕਰਦੇ ਹੋ ਹਨਾ, ਆਪ ਮੂਰੇ ਵੀ ਗਾ? ਸਾਰੀ ਉਮਰ ਬੋਲਣੇ ਬੋਲਣਾ, ਜਿੱਥੇ ਮਰਜ਼ੀ ਚੱਲ ਜਾ ਮੈਂ ਗੈਰੀ ਬਾਈ ਦੇ ਪਿੱਛੇ ਕੋਰਸ ਬੋਲਣੇ ਬੋਲਣਾ। ਕਿਆ ਬਾਤ ਹੈ ਹਨਾ, ਤੇ ਆਪ ਵੀ ਸਟੇਜ ਪਰਫਾਰਮ ਕਰਦੇ ਹੋ ਮੋਸਟ ਆਫ ਟਾਈਮ, ਤੁਸੀਂ ਇਕੱਠੇ ਸਪੈਂਡ ਕਰਦੇ ਹੋ, ਤੇ ਬਾਈ ਦੀ ਇੱਕ ਚੰਗੀ ਆਦਤ ਇੱਕ ਮਾੜੀ ਆਦਤ? ਬਾਈ ਮਾੜੀ ਆਦਤ ਕੋਈ ਨਹੀਂ, ਚੰਗੀ ਆਦਤ ਨਹੀਂ ਕੋਈ ਐਸੀ ਹੋਵੇ ਜਿਹੜੀ ਲੱਗਦੀ ਕਿ ਬਾਈ ਨੂੰ ਚੇਂਜ ਕਰਨੀ ਚਾਹੀਦੀ ਆ ਤੁਹਾਡੇ ਪ੍ਰਤੀ ਨਾ ਹੋਵੇ? ਨਹੀਂ ਮੇਰੇ ਉਸਤਾਦ ਜੀ, ਮੈਂ ਕਦੀ ਗਲਤੀ ਕੱਢ ਨਹੀਂ ਸਕਦਾ। ਪਰ ਉਦਾਂ ਜੇ ਕੋਈ ਗੱਲ ਆ ਲਈ ਆਪਾਂ ਜੱਜ ਹੀ ਨਹੀਂ ਕਰ ਸਕਦੇ। ਚਲੋ ਚੰਗੀ ਗੱਲ, ਚੰਗੀ ਗੱਲ ਦੱਸ ਦਿਓ। ਚੰਗੀਆਂ ਗੱਲਾਂ ਨੇਕ ਹੀ ਆ, ਕੋਈ ਇੱਕ ਗਰੀਬਾਂ ਨੂੰ ਬਹੁਤ ਪਿਆਰ ਕਰਦੇ ਆ। ਕੀ ਬਾਤ ਹੈ। ਹਰ ਇੱਕ ਜੇ ਕੋਈ ਰਾਸਤੇ ਦੇ ਵਿੱਚ ਝਾੜੂ ਮਾਰ ਰਿਹਾ, ਗੱਡੀ ਰੁਕੀ ਗੱਡੀ ਰੁਕੀ ਗੱਡੀ ਰੁਕੀ, ਪੈਸੇ ਕੱਢਣੇ ਆਉਂਦੇ ਹੁਣ। ਕੀ ਬਾਤ ਹੈ। ਉਹ ਵੀ ਦੋ ਮਿੰਟ ਸੋਚਿੰਦੇ ਵੀ ਆ ਕੌਣ ਆਇਆ ਕੌਣ ਪੈਸੇ ਦੇ ਗਿਆ ਹਨਾ। ਹਾਂ ਵੀ ਜਿੱਦਾਂ ਅੱਜ ਕੱਲ੍ਹ ਦੇਖਦੇ ਆਪਾਂ ਰੋਡ 'ਤੇ ਜੋ ਮੰਗਦੇ ਆ ਉਹ ਬਹੁਤ ਸੁਸਤੇ ਹੋ ਗਏ ਅੱਜ। ਹਾਂ 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 ਹਾਂ। ਪਰ ਬਾਈ ਕਹਿੰਦਾ ਵੀ ਜਿਹੜੇ ਕੰਮ ਕਰਦੇ ਉਹਨਾਂ ਨੂੰ ਦਿਓ ਦਿਓ, ਵੀ ਉਹ ਹੈਰਾਨ ਹੋਣਗੇ ਯਾਰ ਮੈਂ ਅੱਜ ਕਿਹੜਾ ਕਿੱਦਾਂ ਦਾ ਬੰਦਾ ਹੈ, ਰੱਬ ਦਾ ਬੰਦਾ ਮੈਨੂੰ ਪੈਸੇ ਦੇ ਦਿੱਤਾ ਜੀ, ਇੱਦਾਂ ਕੰਮ ਕਰਦੇ ਬੰਦੇ ਨੂੰ ਪੈਸੇ ਦੇਣੇ। ਕੀ ਬਾਤ, ਇਹ ਮੈਨੂੰ ਬਹੁਤ ਟਾਈਮ ਗੱਲ ਲੱਗਦੀ ਹੈ। ਕੀ ਬਾਤ ਹੈ, ਥੈਂਕ ਯੂ ਸੋ ਮਚ ਵੀਰੇ, ਬਹੁਤ ਵਧੀਆ ਲੱਗਾ ਤੁਹਾਡਾ ਟਾਈਮ ਸਪੈਂਡ ਕਰਕੇ। ਹਾਂ ਜਾਣ ਤੋਂ ਪਹਿਲਾਂ ਸਾਡੇ ਬਾਰੇ ਕੀ ਕਹਿਣਾ ਚਾਹੋਗੇ ਡੇਲੀ ਪੋਸਟ ਬਾਰੇ? ਬਹੁਤ ਘੈਂਟ, ਮੈਂ ਸਾਨੂੰ ਫੋਲੋ ਕਰਦੇ ਹੋ ਤੁਸੀਂ? ਮੈਂ ਫੋਲੋ ਕਰਦਾ, ਮੈਂ ਇਹਨੂੰ ਦੱਸਿਆ ਮੈਂ ਕਿ ਤੁਹਾਡੀ ਪੋਸਟ ਮੈਂ ਹਰ ਵਕਤ ਮੈਨੂੰ ਸ਼ੋ ਹੁੰਦੀ ਆ, ਘੈਂਟ ਆ ਮੈਂ ਤਾਂ ਹੀ ਇੰਟਰਵਿਊ ਕਰਨ ਲੱਗ ਗਿਆ, ਇੰਟਰਵਿਊ ਕਰਨਾ ਤਾਂ ਨਹੀਂ ਕਰਦਾ ਮੈਂ। ਥੈਂਕ ਯੂ ਸੋ ਮਚ, ਇੱਕ ਆਇਆ ਸੀ ਚੈਨਲ ਦਾ ਫੋਨ, ਮੈਨੂੰ ਜਵਾਬ ਦੇ ਦਿੰਦਾ, ਮੈਂ ਨਹੀਂ ਕਰਦਾ ਆਪਾਂ ਡੇਲੀ ਪੋਸਟ ਨਾ ਕਰਨੀ ਆ। ਹਾਏ ਥੈਂਕ ਯੂ ਸੋ ਮਚ, ਘੈਂਟ ਭਰਾ ਵਧੀਆ ਲੱਗਿਆ ਮੈਨੂੰ ਇੰਟਰਵਿਊ ਕਰਕੇ। ਓਕੇ ਥੈਂਕ ਯੂ ਸੋ ਮਚ ਵੀਰੇ, ਐਂਡ ਵਿਸ਼ ਯੂ ਗੁੱਡ ਲੱਕ, ਤੁਸੀਂ ਇਸੇ ਤਰ੍ਹਾਂ ਸਕਸੈਸ ਬੁਲੰਦੀਆਂ ਦੇ ਜਾਂਦੇ ਰਹੋ ਤੇ ਆਪਣਾ ਨਾਮ ਹੋਰ ਰੋਸ਼ਨ ਕਰਦੇ ਰਹੋ, ਪਿੰਡ ਭਦੌੜ ਦਾ ਨਾਮ ਰੋਸ਼ਨ ਕਰਦੇ ਰਹੋ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS ਨਾਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮੋਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ, ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ, ਹੁਣੇ ਕਾਲ ਕਰੋ 90 419 90 419।